Right now we have another Tashan star. He's a superstar of Punjab. None other than Roshan Prince Paji. Sat Sri Akal Paji. Ki haal hai ji? I'm good bhai, tusi dasso ji. Good, good. Kivein kaam ho? Paji goggles kaint lagde. Thank you. Aur Paji sab theek? Kare theek hai sab? Bahut badhiya. All right, Paji now you're a superstar of Punjab. Te Paji, je gal kari apa bharose di. Aur koi gal nahi. Te tonu pata hai ki Roshan Prince Paji ne bharosa kita sirf 9X Tashan te. Tusi apna dil darda gaana. Ji. Sirf 9X Tashan nu den bare kyon socha si? बेसिकली 9X Tashan एक ऐसा चैनल है जिन्हें पंजाब दे यूथ नू कवर कीता है, पंजाब दा यूथ जिन्हों प्यार करता और जिन्हों देखना पसंद करता जिद्दे चो लगता यूथ नू कि हाँ इस चैनल पर जो असी गाने देखते हैं, इस चैनल पर जो भी असी कोई भी शो देखते हैं, थोड़ा प्रोग्राम देखते हैं जी, वो साडे नाल रिलेटेड होंदा है। ओके, है ना जी। और गाना उही है जिहड़ा यूथ नू सब तो पहला टुंबे। ਬਿਲਕੁਲ। ਦਿਲ ਡਰਦਾ ਇੱਕ ਐਸਾ ਗਾਣਾ ਸੀਗਾ ਜਿਹੜਾ ਅਸੀਂ ਚਾਹੁੰਦੇ ਸੀਗੇ ਕਿ ਮੈਕਸਿਮਮ ਯੂਥ ਤੱਕ ਪਹੁੰਚੇ, ਔਰ 9X Tashan ਤੋਂ ਬਿਹਤਰ ਇਸ ਚੀਜ਼ ਨੂੰ ਕੋਈ ਨਹੀਂ ਸੀ ਪਹੁੰਚਾ ਸਕਦਾ। ਕਿਆ, ਥੈਂਕ ਯੂ ਸੋ ਮਚ ਭਾਜੀ। ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਕਿ ਇੱਕ ਸਰਪ੍ਰਾਈਜ਼, ਐਸਾ ਸਰਪ੍ਰਾਈਜ਼ ਰੋਸ਼ਨ ਪ੍ਰਿੰਸ ਭਾਜੀ ਦਾ ਸਿਰਫ ਅਤੇ ਸਿਰਫ ਐਕਸਕਲੂਸਿਵਲੀ 9X Tashan ਦੇ ਟਸ਼ਨ ਦੇ ਪੈਕ ਵਿੱਚ, ਟਸ਼ਨ ਸਟਾਰ ਵਿੱਚ ਦੱਸਿਆ ਜਾ ਰਿਹਾ ਕਿ ਭਾਜੀ ਸਿੰਗਰ ਹੋਣ ਤੋਂ ਪਹਿਲਾਂ ਇੱਕ ਲਿਰਿਸਿਸਟ ਵੀ ਸੀਗੇ। ਸਹੀ ਕਹਿ ਰਹੇ ਭਾਜੀ? ਬਿਲਕੁਲ ਸਹੀ ਕਹਿ ਰਹੇ। ਅਤੇ ਭਾਜੀ ਦੇ ਗਾਣੇ ਕਿੰਨਾ ਕਿੰਨਾ ਨੇ ਗਾਏ ਭਾਜੀ ਆਪ ਦੱਸ ਨੇ? ਇਹ ਗੱਲ ਹੈ 2004 ਦੀ, ਜਦੋਂ ਮੇਰਾ ਪਹਿਲਾ ਗਾਣਾ ਪਦਮ ਸ਼੍ਰੀ ਹੰਸਰਾਜ ਹੰਸ ਹੋਰਾਂ ਨੇ ਗਾਇਆ ਸੀ। ਕਿਹੜਾ ਗਾਣਾ ਸੀ? ਐਲਬਮ ਆਈ ਸੀ ਉਹਨਾਂ ਦੀ ਛਮ ਛਮ ਰੋਣ ਅੱਖੀਆਂ ਜੀ। ਉਹਦੇ ਵਿੱਚ 3 ਗਾਣੇ ਸੀਗੇ ਮੇਰੇ। ਓਕੇ। ਔਰ ਇੱਕ ਗਾਣਾ ਸੀਗਾ ਜਿਹੜਾ ਅਨੁਰਾਧਾ ਪੌੜਵਾਲ ਹੋਣਾਂ ਦੇ ਨਾਲ ਉਹਨਾਂ ਨੇ ਗਾਇਆ ਸੀਗਾ, ਯਾਰਾ ਉਹ ਦਿਲਦਾਰਾ ਜੀ। ਇਹ ਗਾਣਾ ਸਭ ਤੋਂ ਪਹਿਲਾਂ ਰਿਲੀਜ਼ ਹੋਇਆ, ਦੈਨ ਉਸ ਤੋਂ ਬਾਅਦ ਉਸੇ ਐਲਬਮ ਵਿੱਚ 2 ਗਾਣੇ ਹੋਰ ਸੀ, ਅਤੇ ਬਲਕਾਰ ਸਿੱਧੂ ਹੋਰਾਂ ਦੀ ਐਲਬਮ ਆਈ ਮਹਿੰਦੀ, ਉਹਦੇ ਵਿੱਚ ਟੌਰ ਪੰਜਾਬਣ ਦੀ ਮੇਰਾ ਗਾਣਾ ਸੀ। ਅੱਛਾ। ਦੈਨ ਫਿਰ ਫੁੱਲ ਫਲੈਸ਼ਡ ਐਲਬਮ ਗੁਰਸੇਵਕ ਮਾਨ ਹੋਰਾਂ ਦੀ ਆਈ ਕਮਾਲ, ਉਹ ਟਾਈਟਲ ਹੀ ਮੇਰਾ ਸੀ। ਦੈਨ ਉਸ ਤੋਂ ਬਾਅਦ ਜਤਿੰਦਰ ਗਿੱਲ ਕਰਕੇ ਇੱਕ ਆਰਟਿਸਟ ਨੇ, ਉਹਨਾਂ ਦਾ ਗੀਤ ਆਇਆ ਸੀਗਾ ਵੀ ਮੈਂ ਤੇਰੇ ਜਿਹੇ ਆਸ਼ਕਾਂ ਨੂੰ ਟਿੱਚ ਜਾਣ ਦੀ, ਜਦੋਂ ਡੁਇਟਸ ਦਾ ਦੌਰ ਸ਼ੁਰੂ ਹੋਇਆ ਸੀ, ਉਹ ਪਹਿਲਾ ਡੁਇਟ ਜਿਹੜਾ ਮੇਰਾ ਰਿਕਾਰਡ ਹੋਇਆ ਸੀ ਜੀ। ਦੈਨ ਫਿਰ ਜਦੋਂ ਮੇਰੀ ਆਪਣੀ ਐਲਬਮ ਆਈ, ਉਹਦੇ ਵਿੱਚ ਦੁੱਖਾਂ ਦੀ ਦੁਕਾਨ ਸੌਦਾ ਖਾਰੇ ਖਾਰੇ ਪਾਣੀ ਦਾ, ਉਹ ਮੈਂ ਆਪ ਲਿਖਿਆ ਸੀ। ਭਾਅ ਜੀ ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਹੁਣ ਤੁਸੀਂ ਸੁਪਰਸਟਾਰ ਹੋ, ਜਿਹੜੇ ਨਵੇਂ ਪ੍ਰੈਸ਼ਰ ਬੰਦੇ ਆਉਂਦੇ ਨੇ ਜਾਂ ਨਵਾਂ ਬੰਦਾ ਆਉਂਦਾ ਕਿ ਮੈਂ ਗਾਣਾ ਕਰਨਾ, ਉਹਦੇ ਲਈ 9X Tashan ਕਿੰਨਾ ਕੁ ਫਾਇਦੇਮੰਦ ਹੈ? ਬਹੁਤ ਸਾਰੇ ਆਰਟਿਸਟ ਆ ਜਿਨ੍ਹਾਂ ਨੇ ਪਹਿਲੇ ਗਾਣੇ ਦੇ ਨਾਲ ਹੀ ਆਪਣੇ ਆਪ ਨੂੰ ਸਟੈਬਲਿਸ਼ ਕਰ ਲਿਆ 9X ਦੇ ਜ਼ਰੀਏ, ਭਾਵੇਂ ਉਹ ਦਿਲਪ੍ਰੀਤ ਢਿੱਲੋਂ ਜਾਂ ਹੋਰ ਬਹੁਤ ਸਾਰੇ ਆਰਟਿਸਟ ਨੇ, ਹੋਰ ਵੀ ਕਿੰਨੇ, ਹਾਂਜੀ ਬਹੁਤ ਸਾਰੇ ਆਰਟਿਸਟ ਇੱਦਾਂ ਦੇ ਹੈ ਜਿਨ੍ਹਾਂ ਦੇ ਮਤਲਬ ਅੱਜ ਜੇ ਤੁਸੀਂ ਯੂਟਿਊਬ ਦੇ ਉੱਤੇ ਵਿਊਜ਼ ਦੇਖੋ ਤਾਂ 3-4 ਮਿਲੀਅਨ ਤੱਕ ਤਾਂ ਉਹਨਾਂ ਦੇ ਗਾਣੇ ਦੇ ਵਿਊਜ਼ ਹੀ ਨੇ ਜੀ। ਉਹ ਕਿਉਂ ਪੋਸੀਬਲ ਹੋਇਆ? ਕਿਉਂਕਿ ਉਹਨਾਂ ਦੇ ਟੈਲੈਂਟ ਨੂੰ ਇੱਕ ਪਲੇਟਫਾਰਮ ਮਿਲਿਆ, ਪਲੇਟਫਾਰਮ ਦਿੱਤਾ 9X Tashan, ਹੈ ਨਾ ਜੀ। ਔਰ ਇਹ ਚੈਨਲ ਵੀ ਵਧਾਈ ਦਾ ਪਾਤਰ ਹੈ, ਉਹ ਸਾਰੇ ਆਰਟਿਸਟ ਜਿਹੜੇ ਇਹਨਾਂ ਦੇ ਨਾਲ ਰਿਲੇਟਡ ਨੇ, ਨਾਲ ਜੁੜੇ ਹੋਏ ਨੇ, ਕੰਮ ਕਰ ਰਹੇ, ਸਾਰੇ ਵਧਾਈ ਦੇ ਪਾਤਰ ਨੇ। ਕਿਆ ਬਾਤ ਹੈ ਭਾਅ ਜੀ, ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਇੰਡਸਟਰੀ ਵਿੱਚ ਆਉਣਾ ਚਾਹੁੰਦੇ ਨੇ? ਜਿੱਦਾਂ ਕੋਈ ਬੰਦਾ ਆਉਣਾ ਚਾਹੁੰਦਾ ਕਿ ਮੈਂ ਯਾਰ ਇੰਡਸਟਰੀ ਵਿੱਚ ਆਉਣਾ, ਪਰ ਉਹਨੂੰ ਨਹੀਂ ਪਤਾ ਇੰਡਸਟਰੀ 'ਚ ਕੀ ਹੁੰਦਾ, ਤੁਹਾਨੂੰ ਬਹੁਤ ਐਕਸਪੀਰੀਅੰਸ ਆ, ਤੁਸੀਂ ਕੋਈ ਇੱਕ ਸਲਾਹ ਦੇਣੀ ਉਹਨਾਂ ਸਾਰਿਆਂ ਨੂੰ ਕਿ ਉਹਨਾਂ ਨੂੰ ਆਉਣਾ ਚਾਹੀਦਾ ਅਤੇ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ? ਦੇਖੋ, ਜੇ ਤਾਂ ਤੁਸੀਂ ਪੰਜਾਬ ਤੋਂ ਹੈਗੇ ਫਿਰ ਤਾਂ ਬੱਸ ਮਿਲ ਜਾਂਦੀ ਹੈ, ਚੰਡੀਗੜ੍ਹ ਮੋਹਾਲੀ ਉੱਤਰ ਕੇ ਤੁਸੀਂ 39 ਸੈਕਟਰ 'ਚ ਜਾਓ ਅਤੇ 9X Tashan ਦਾ ਆਫਿਸ ਹੈ। ਪਰ ਐਂ ਨਹੀਂ ਭਾਅ ਜੀ, ਟੈਲੈਂਟਡ ਹੋਣਾ ਜ਼ਰੂਰੀ ਹੈ। ਹਾਂ, ਉਹ ਦੇਖੋ ਗੱਲ ਸੁਣੋ, ਹਰ ਬੰਦੇ ਨੂੰ ਇਹ ਲੱਗਦਾ ਹੁੰਦਾ ਕਿ ਮੇਰੇ ਅੰਦਰ ਗੁਣ ਹੈ, ਹਾਂ ਉਹ ਵੇਖਣਾ ਤਾਂ 9X ਨੇ, ਹੈ ਨਾ? ਇੱਦਾਂ ਨਹੀਂ ਹੈ ਕੁਛ, ਇੱਦਾਂ ਥੋੜ੍ਹੀ ਆਓ ਜੀ ਤੁਹਾਡੀ ਸਕੈਨਿੰਗ ਕਰੀਏ, ਇੱਥੇ ਗੁਣ ਹੈ, ਇਹਨੂੰ ਕੱਢ ਕੇ ਬਾਹਰ ਰੱਖ ਦਿੰਦੇ ਹਾਂ। ਮਤਲਬ ਬੰਦੇ ਨੂੰ ਜੇ ਆਪਣੇ ਆਪ 'ਤੇ ਟਰੱਸਟ ਹੈ ਕਿ ਹਾਂ ਮੈਂ ਵਧੀਆ ਗਾਉਣਾ, ਮੈਂ ਵਧੀਆ ਲਿਖਦਾ, ਤਾਂ ਤੁਸੀਂ ਇੱਕ ਵਾਰੀ ਚਾਂਸ ਲੈ ਸਕਦੇ ਹੋ, ਆ ਸਕਦੇ ਹੋ, ਖੁੱਲਾ ਸੱਦਾ ਫਿਰ ਜਦੋਂ ਮਰਜ਼ੀ ਆ। ਔਰ ਇਹ ਮੈਂ ਗਰੰਟੀ ਦਿੰਦਾ ਕਿ ਤੁਹਾਨੂੰ ਸਟਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ, ਜੇ ਉਹਨੂੰ ਵਧੀਆ ਤਰੀਕੇ ਦੇ ਨਾਲ
ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰਕੇ ਚੱਲੋਗੇ 9X ਸਟੇਸ਼ਨ। ਕਿਆ ਬਾਤ ਹੈ ਭਾਈ, ਥੈਂਕ ਯੂ ਸੋ ਮਚ। ਦਿਲ ਡਰਦਾ ਭਾਜੀ, ਸੁਪਰ ਹਿੱਟ ਟਰੈਕ, ਬਹੁਤ ਘੈਂਟ ਗਾਇਆ ਤੁਸੀਂ, ਬਹੁਤ ਘੈਂਟ ਵੀਡੀਓ ਬਣਿਆ ਜੀ। ਉਹਦੀਆਂ ਦੋ ਲਾਈਨਾਂ ਪਹਿਲਾਂ ਸਾਨੂੰ ਸੁਣਾ ਦਿਓ। ਮੈਂ ਤੈਨੂੰ ਪਿਆਰ ਤਾਂ ਕਰਦੀਆਂ ਵੇ ਦਿਲ ਟੁੱਟਣੋਂ ਡਰਦਾ ਏ, ਮੈਂ ਹਾਲ ਵੇਖ ਲੈ ਹੀਰਾਂ ਦੇ, ਸਭ ਧੋਖੇ ਨੇ ਤਕਦੀਰਾਂ ਦੇ। ਤੂੰ ਜਦ ਪੁੱਛਦੇ ਪਿਆਰਾਂ ਲਈ ਦਿਲ ਹਮੀ ਭਰਦਾ ਏ, ਤੈਨੂੰ ਪਿਆਰ ਤਾਂ ਕਰਦੀਆਂ ਵੇ ਦਿਲ ਟੁੱਟਣੋਂ ਡਰਦਾ ਏ। ਕਿਆ ਬਾਤ ਹੈ ਭਾਜੀ, ਵੈਰੀ ਨਾਈਸ। ਭਾਜੀ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਦਾ, 9X ਸਟੇਸ਼ਨ ਹਮੇਸ਼ਾ ਨਾ ਅਲੱਗ ਅਲੱਗ ਜਿਹੜੇ ਸੌਂਗਸ ਨੇ, ਅਲੱਗ ਅਲੱਗ ਲੈਂਗੁਏਜਿਸ ਨੇ, ਹਰਿਆਣਵੀ ਗਾਣਿਆਂ ਨੂੰ ਵੀ ਸਪੋਰਟ ਕਰਦਾ। ਕੀ ਤੁਹਾਨੂੰ ਲੱਗਦਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਜਾਂ ਮਿਊਜ਼ਿਕ ਇੰਡਸਟਰੀ ਵਿੱਚ ਇਹ ਕੋਈ ਸਟੈਪ ਮਤਲਬ ਅੱਗੇ ਜਾ ਰਿਹਾ ਜਾਂ ਕੋਈ ਫਾਇਦਾ ਹੈਗਾ ਇਸ ਸਟੈਪ ਦਾ? ਜੀ ਓਬਵੀਅਸ ਹੈ, ਦਾਇਰਾ ਬਹੁਤ ਵੱਡਾ ਹੈ ਜੀ, ਪੰਜਾਬੀ ਗਾਣਿਆਂ ਦਾ ਦਾਇਰਾ ਵਧੀਆ, ਪੰਜਾਬੀ ਜ਼ੁਬਾਨ ਦਾ ਦਾਇਰਾ ਬਹੁਤ ਵੱਡਾ ਹੈ, ਔਰ ਜੇ ਉਹਨੂੰ ਸਹੀ ਪਲੇਟਫਾਰਮ ਮਿਲ ਜਾਏ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਜੀ। ਸਹੀ ਪਲੇਟਫਾਰਮ ਔਰ ਸਹੀ ਟਾਈਮ, ਸਹੀ ਗੱਲ ਜਦੋਂ ਇਕੱਠੀਆਂ ਹੋ ਜਾਂਦੀਆਂ ਨੇ ਫਿਰ ਉਹ ਹਿੱਟ ਹੋਣੀ ਹੀ ਹੋਣੀ ਹੋਈ। ਅਤੇ ਚੰਗਾ ਗਾਣਾ ਔਰ 9X ਸਟੇਸ਼ਨ ਕੋਲੈਬੋਰੇਸ਼ਨ, ਕੋਲੈਬੋਰੇਸ਼ਨ ਗੱਲ ਖਤਮ ਐਂਡ ਹਨੇਰੀ ਤੂਫਾਨ ਸਿਰਾ ਸਿਰਾ। ਆਲਰਾਈਟ, ਅੱਛਾ ਭਾਜੀ ਅਪਕਮਿੰਗ ਦੇ ਵਿੱਚ ਕੀ ਕਰ ਰਹੇ ਹੋ? ਅਪਕਮਿੰਗ ਹੁਣ ਆਪਣੀ ਕੰਪਨੀ ਜਿਵੇਂ ਯਬਲੀ ਐਂਟਰਟੇਨਮੈਂਟ, ਉਹਦੇ ਨਾਲ ਅਸੀਂ 9X ਦੇ ਨਾਲ ਜੁਆਇਨ ਹੋ ਕੇ ਗਾਣਾ ਕੀਤਾ ਸੀ ਦਿਲ ਡਰਦਾ। ਸੋ ਅੱਗੇ ਬਹੁਤ ਸਾਰੇ ਹੋਰ ਆਰਟਿਸਟਾਂ ਦੇ ਵੀ ਗਾਣੇ ਅਸੀਂ ਕਰ ਰਹੇ ਹਾਂ, ਆਪਣੇ ਵੀ ਕਰ ਰਹੇ ਹਾਂ, ਹੈਪੀ ਰਾਏਕੋਟੀ ਦਾ ਗਾਣਾ ਕਰ ਰਹੇ ਹਾਂ, ਸਿੱਪੀ ਗਿੱਲ ਹੋਰਾਂ ਦਾ ਗਾਣਾ ਕਰ ਰਹੇ ਹਾਂ, ਅਤੇ ਬਹੁਤ ਸਾਰੇ ਸਰਪ੍ਰਾਈਜ਼ ਨੇ, ਮੈਂ ਦੋ ਤਾਂ ਖੋਲ ਦਿੱਤੇ ਆ, ਉਹ ਸਾਰੇ ਹੌਲੀ ਹੌਲੀ ਕਰਕੇ ਜਦੋਂ ਤੁਸੀਂ ਨੈਕਸਟ ਟਾਈਮ ਆਓਗੇ ਫਿਰ ਹੋਰ ਖੋਲ ਲਾਂਗੇ। ਬਿਲਕੁਲ। ਸੋ ਥੈਂਕ ਯੂ ਸੋ ਮਚ ਭਾਜੀ, ਕਮਿੰਗ ਇਨ ਟਸ਼ਨ ਸਟਾਰ, ਥੈਂਕ ਯੂ ਸੋ ਮਚ, ਕੀਪ ਸਪੋਰਟਿੰਗ, ਕੀਪ ਵਾਚਿੰਗ ਟਸ਼ਨ ਦਾ ਪੈਕ।